ਹੋਰ ਭਾਈ ਕੀ ਹਾਲ ਜੇ? ਵਧੀਆ ਵੀਰ ਜੀ। ਭਾਈ ਆਹ ਸਮਾਨ ਲਿਸਟ ਜੇ ਮੈਂ ਨਾ ਪੱਪੂ ਭਾਈ ਨੇ ਭੇਜਿਆ ਜੇ, ਤੇ ਤੁਸੀਂ ਸਮਾਨ ਜਲਦੀ ਪੈਕ ਕਰ ਦਿਓ, ਪੈਸੇ ਤੁਹਾਨੂੰ ਆਪੇ ਭਾਈ ਦੇ ਦੇਣਗੇ। ਆ ਫੜੋ ਸਲਿੱਪ। ਅੱਛਾ, ਆ ਇੱਕ ਤਾਂ ਪਤਾ ਨੀ ਭਖਾਰੀ ਕਿੱਥੋਂ ਆ ਜਾਂਦੇ ਆ, ਉਹ ਤੇਰੀ ਤਾਂ ਸ਼ਕਲ ਤੇ ਲਿਖਿਆ ਕਿ ਤੂੰ ਭਖਾਰੀ ਆ। ਭਾਈ ਆਰਾਮ ਨਾਲ ਗੱਲ ਕਰ ਲੋ। ਉਹ ਤੁਰ ਜਾ ਤੁਰ ਜਾ, ਉਹ ਤੇਰੀ ਤਾਂ ਕਾਕਾ ਕਿਸਮਤ ਚੰਗੀ ਆ, ਨਹੀਂ ਤਾਂ ਸਾਡੀ ਦੁਕਾਨ ਤੇ ਆ ਕੇ ਕੋਈ ਉਧਾਰ ਮੰਗ ਜੇ ਆਪਾਂ ਹੱਡ ਤੋੜ ਦੀ ਤੇ ਹੱਡ। ਚੱਲ ਚੱਲ, ਮਿੰਟ ਤੋਂ ਪਹਿਲਾਂ ਦਫਾ ਹੋਇਆ। ਓਏ ਛੋਟੇ, ਕੱਢ ਨੂੰ ਬਾਹਰ ਨਿਕਲ ਜਾ। ਸਤਿ ਸ਼੍ਰੀ ਅਕਾਲ ਪੱਪੂ ਭਾਜੀ। ਹਾਂ ਵੀ, ਕੀ ਆਨਾ ਤੂੰ ਮੁੰਡੇ ਨੂੰ? ਕੀ ਕਿਹਾ ਵੀਰ ਜੀ? ਹੁਣ ਭੁੱਲ ਗਿਆ ਕੀ ਆਨਾ? ਸ਼ਕਲ ਤਾਂ ਭਖਾਰੀ ਲੱਗਦਾ ਆ। ਭਖਾਰੀ? ਉਹ ਨਹੀਂ ਨਹੀਂ ਭਾਜੀ, ਲਖਾਰੀ, ਉਹ ਜਿਹੜਾ ਗਾਣੇ ਗੁਣੇ ਲਿਖਦਾ ਆ। ਉਹ ਇਹਦੀ ਸ਼ਕਲ ਤੇ ਵੇਖੋ, ਮੁੰਡੇ ਨੇ ਬਹੁਤ ਤਰੱਕੀ ਕਰਨੀ ਆ। ਹੋਰ ਕੀ ਕਹਿਣਾ ਹੋਵੇ ਤੂੰ ਕਿ ਕੋਈ ਤੁਹਾਡੀ ਦੁਕਾਨ ਤੇ ਆ ਕੇ ਧਾਰ ਮੰਗੇ ਤੇ ਤੁਸੀਂ ਹੱਡ ਤੋੜ ਦਿੰਦੇ ਜੇ? ਹੱਡ? ਉਹ ਨਹੀਂ ਵੀਰ ਜੀ, ਮੈਂ ਕਿਹਾ ਸੀਗਾ ਆਪਾਂ ਹੱਥ ਜੋੜ ਦਿੰਦੇ ਜੇ ਕੋਈ ਧਾਰ ਮੰਗੇ। ਨਾਲੇ ਮੈਨੂੰ ਪਤਾ ਲੱਗਾ ਤੂੰ ਇਹਨੂੰ ਕਿਹਾ ਕਿ ਦਫਾ ਹੋ ਜਾ। ਦਫਾ ਨੀ ਭਾਜੀ, ਮੈਂ ਕਿਹਾ ਖਫਾ ਨਾ ਹੋ ਜੀ, ਖਫਾ ਮਤਲਬ ਨਾਰਾਜ਼। ਸਾਡੇ ਕੋਲ ਤਾਂ ਅੱਗੇ ਉਨੇ ਕੇ ਗਾਹਕ ਆ, ਮੈਂ ਕਿਹਾ ਜੇ ਇਹ ਵੀ ਸਾਡੇ ਕੋਲ ਖਫਾ ਹੋ ਗਿਆ ਇਹ ਤਾਂ ਚੱਲ ਗਈਆਂ ਸਾਡੀਆਂ ਦੁਕਾਨਦਾਰੀਆਂ। ਹਾਂ ਵੇ, ਉਹ ਛੋਟੂ ਨੂੰ ਬੁਲਾ ਜਿਹਨੂੰ ਆਨਾ ਵੀ ਇਹਨੂੰ ਬਾਹਰ ਕੱਢ। ਨਹੀਂ ਭਾਜੀ, ਮੈਂ ਤਾਂ ਇਹਨੂੰ ਕਹਿੰਦਾ ਕਹਿੰਦਾ ਥੱਕ ਗਿਆ ਕਿ ਲੈ ਜਾ ਲੈ ਜਾ ਲੈ ਜਾ, ਪਰ ਇਹ ਕਿੱਥੇ ਮੰਨਿਆ ਮੇਰੀ ਗੱਲ। ਮੈਂ ਤੇ ਇਹ ਵੀ ਗੱਲ ਕਹੀ ਕਿ ਆਪਣੇ ਘਰੇ ਹੀ ਜਾਣਾ, ਕਰੇ ਕੀ ਆ? ਕੀ ਕਹਿ ਰਹੇ ਓਏ? ਕੁਛ ਨੀ ਭਾਜੀ, ਮੈਂ ਕਿਹਾ ਸਮਾਨ ਪੈਕ ਹੀ ਆ, ਲੈ ਕੇ ਜਾਣਾ ਤੇ ਨਾਲ ਲੈ ਜਾਓ। ਛੋਟੂ, ਲਫਾਫਾ ਫੜਾ ਦੀ। ਏਦਾਂ ਲਈਦਾ ਸਮਾਨ?